ਤੋਂ ਪਹਿਲਾਂ ਅਸੀਂ ਦੋਨੇ ਸਾਥੀ ਵੀ ਤੀਗੇ ਹੈਗੇ ਆ, ਹੁਣ ਵੀ ਹੈਗੇ ਆ ਨਾ ਬਾਈ, ਤੇ ਪਰਿਵਾਰ ਬਣੇ ਹੋਏ ਨੇ ਸਾਡੇ ਤੇ, ਦੋਨਾਂ ਤੇ ਪਰਚੇ ਤੀਗੇ, ਅਸੀਂ ਕੋਈ ਲੁਕੋ ਨਹੀਂ ਰੱਖਦੇ। ਪਰ 2012-13 ਦੇ ਤੁਸੀਂ ਇਹ ਮੰਨ ਲਓ ਸਾਰੇ ਪਰਚੇ ਬਰੀ ਹੋਏ ਹੋਏ ਨੇ, ਜੱਜਮੈਂਟਾਂ ਸਾਡੇ ਕੋਲ ਨੇ, ਤੇ ਸਾਡੇ ਚੀਮੇ ਥਾਣੇ ਦੇ ਵਿੱਚ ਕੋਈ ਵੀ ਐਸ ਐਚ ਓ ਆਉਂਦਾ ਉਹ ਇਲੈਕਸ਼ਨ ਟਾਈਮ ਆ ਕੇ ਸਾਨੂੰ ਕਹੂਗਾ ਜੀ ਤੁਸੀਂ ਜ਼ਮਾਨਤਾਂ ਭਰਾਓ, ਅਸੀਂ ਐਤਕੀ ਤੁਹਾਡੇ 110 ਨੰਬਰ ਦੇ ਕਲੰਦਰੇ ਕੱਟਦੇ ਨੇ, ਇਦੂ ਬਾਅਦ ਕੱਟਦੇ ਨਹੀਂ। ਬਾਈ ਅਸੀਂ ਕੀ ਕਸੂਰ ਕੀਤਾ? ਅੱਜ ਇਹਨੂੰ ਕਹਿੰਦਾ ਮੈਂ ਤੈਨੂੰ ਚੱਕ ਕੇ ਲੈ ਕੇ ਜਾਂਦਾ, ਕੀ ਚੱਕਣ ਨੂੰ ਇਹਨੇ ਕੀ ਮਾੜਾ ਕਰਤਾ? ਗੋਲੀ ਮਾਰੇ ਬਾਈ, ਮੈਂ ਹੁਣ ਕਿਹਾ ਮੈਂ ਗੋਲੀ ਮਾਰ, ਤੇ ਇਹ ਬਾਈ ਨਾਲੇ ਮੌਕੇ ਦੀ ਸਰਕਾਰ ਦੇ ਵਿੱਚ ਹੱਥ ਹੈ ਇਹਦਾ, ਝਾੜੂ ਦੇ ਪਾਰਟੀ ਦੇ ਨਾਲ ਹੈਗਾ। 13 ਤੁਰੇ ਹੋਇਆ ਬਾਈ ਝਾੜੂ ਨਾਲ, 24 ਹੋ ਗਿਆ, 11 ਸਾਲ ਹੋ ਗਏ, 12, ਫਿਰ ਵੀ ਕੋਈ ਗੱਲ ਸੁਣਦੇ ਨਹੀਂ ਹਨਾ। ਯਾਰ ਸਹੀ ਦਾ ਸਾਥ ਦੇ ਦੋ, ਗਲਤ ਤਾਂ ਆਪਾਂ ਜਮੀ ਨਹੀਂ ਕਹਿੰਦੇ, ਜੇ ਗਲਤ ਆ ਮੈਂ ਮੇਰਾ ਨਾਂ ਦੋ। ਹਾਂ ਵੀ ਸਾਨੂੰ ਅੰਦਰ ਭੇਜ ਦੋ ਯਾਰ, ਜੇ ਅਸੀਂ ਗਲਤ ਆ। ਹਾਂ ਜਮੀਰਾਂ ਬਣਦੀਆਂ ਨੇ ਯਾਰ ਆਪਣੀਆਂ, ਜੇ ਅਸੀਂ ਗਲਤ ਆ ਜਾਗਦੇ ਜਮੀਰ ਆਇਆ ਬਾਈ ਬਣ ਕੇ ਰਹਿਣਾ, ਇੰਨਾ ਸਾਥ ਦੇ ਦੋ ਯਾਰ ਸਹੀ ਦਾ। ਅੱਜ ਤੋਂ ਪਹਿਲਾਂ ਅਸੀਂ ਦੋਨੇ ਸਾਥੀ ਵੀ ਤੀਗੇ ਹੈਗੇ ਆ, ਹੁਣ ਵੀ ਹੈਗੇ ਆ ਨਾ ਬਾਈ, ਤੇ ਪਰਿਵਾਰ ਬਣੇ ਹੋਏ ਨੇ ਸਾਡੇ ਤੇ, ਦੋਨਾਂ ਤੇ ਪਰਚੇ ਤੀਗੇ, ਅਸੀਂ ਕੋਈ ਲੁਕੋ ਨਹੀਂ ਰੱਖਦੇ। ਪਰ 2012-13 ਦੇ ਤੁਸੀਂ ਇਹ ਮੰਨ ਲਓ ਸਾਰੇ ਪਰਚੇ ਬਰੀ ਹੋਏ ਹੋਏ ਨੇ, ਜੱਜਮੈਂਟਾਂ ਸਾਡੇ ਕੋਲ ਨੇ, ਤੇ ਸਾਡੇ ਚੀਮੇ ਥਾਣੇ ਦੇ ਵਿੱਚ ਕੋਈ ਵੀ ਐਸ ਐਚ ਓ ਆਉਂਦਾ ਉਹ ਇਲੈਕਸ਼ਨ ਟਾਈਮ ਆ ਕੇ ਸਾਨੂੰ ਕਹੂਗਾ ਜੀ ਤੁਸੀਂ ਜ਼ਮਾਨਤਾਂ ਭਰਾਓ, ਅਸੀਂ ਐਤਕੀ ਤੁਹਾਡੇ 110 ਨੰਬਰ ਦੇ ਕਲੰਦਰੇ ਕੱਟਦੇ ਨੇ, ਇਦੂ ਬਾਅਦ ਕੱਟਦੇ ਨਹੀਂ। ਬਾਈ ਅਸੀਂ ਕੀ ਕਸੂਰ ਕੀਤਾ? ਅੱਜ ਇਹਨੂੰ ਕਹਿੰਦਾ ਮੈਂ ਤੈਨੂੰ ਚੱਕ ਕੇ ਲੈ ਕੇ ਜਾਂਦਾ, ਕੀ ਚੱਕਣ ਨੂੰ ਇਹਨੇ ਕੀ ਮਾੜਾ ਕਰਤਾ? ਗੋਲੀ ਮਾਰੇ ਬਾਈ, ਮੈਂ ਹੁਣ ਕਿਹਾ ਮੈਂ ਗੋਲੀ ਮਾਰ, ਤੇ ਇਹ ਬਾਈ ਨਾਲੇ ਮੌਕੇ ਦੀ ਸਰਕਾਰ ਦੇ ਵਿੱਚ ਹੱਥ ਹੈ ਇਹਦਾ, ਝਾੜੂ ਦੇ ਪਾਰਟੀ ਦੇ ਨਾਲ ਹੈਗਾ। 13 ਤੁਰੇ ਹੋਇਆ ਬਾਈ ਝਾੜੂ ਨਾਲ, 24 ਹੋ ਗਿਆ, 11 ਸਾਲ ਹੋ ਗਏ, 12, ਫਿਰ ਵੀ ਕੋਈ ਗੱਲ ਸੁਣਦੇ ਨਹੀਂ ਹਨਾ। ਯਾਰ ਸਹੀ ਦਾ ਸਾਥ ਦੇ ਦੋ, ਗਲਤ ਤਾਂ ਆਪਾਂ ਜਮੀ ਨਹੀਂ ਕਹਿੰਦੇ, ਜੇ ਗਲਤ ਆ ਮੈਂ ਮੇਰਾ ਨਾਂ ਦੋ। ਹਾਂ ਵੀ ਸਾਨੂੰ ਅੰਦਰ ਭੇਜ ਦੋ ਯਾਰ, ਜੇ ਅਸੀਂ ਗਲਤ ਆ। ਹਾਂ ਜਮੀਰਾਂ ਬਣਦੀਆਂ ਨੇ ਯਾਰ ਆਪਣੀਆਂ, ਜੇ ਅਸੀਂ ਗਲਤ ਆ ਜਾਗਦੇ ਜਮੀਰ ਆਇਆ ਬਾਈ ਬਣ ਕੇ ਰਹਿਣਾ, ਇੰਨਾ ਸਾਥ ਦੇ ਦੋ ਯਾਰ ਸਹੀ ਦਾ। ਅੱਜ ਤੋਂ ਪਹਿਲਾਂ ਅਸੀਂ ਦੋਨੇ ਸਾਥੀ ਵੀ ਤੀਗੇ ਹੈਗੇ ਆ, ਹੁਣ ਵੀ ਹੈਗੇ ਆ ਨਾ ਬਾਈ, ਤੇ ਪਰਿਵਾਰ ਬਣੇ ਹੋਏ ਨੇ ਸਾਡੇ ਤੇ, ਦੋਨਾਂ ਤੇ ਪਰਚੇ ਤੀਗੇ, ਅਸੀਂ ਕੋਈ ਲੁਕੋ ਨਹੀਂ ਰੱਖਦੇ। ਪਰ 2012-13 ਦੇ ਤੁਸੀਂ ਇਹ ਮੰਨ ਲਓ ਸਾਰੇ ਪਰਚੇ ਬਰੀ ਹੋਏ ਹੋਏ ਨੇ, ਜੱਜਮੈਂਟਾਂ ਸਾਡੇ ਕੋਲ ਨੇ, ਤੇ ਸਾਡੇ ਚੀਮੇ ਥਾਣੇ ਦੇ ਵਿੱਚ ਕੋਈ ਵੀ ਐਸ ਐਚ ਓ ਆਉਂਦਾ ਉਹ ਇਲੈਕਸ਼ਨ ਟਾਈਮ ਆ ਕੇ ਸਾਨੂੰ ਕਹੂਗਾ ਜੀ ਤੁਸੀਂ ਜ਼ਮਾਨਤਾਂ ਭਰਾਓ, ਅਸੀਂ ਐਤਕੀ ਤੁਹਾਡੇ 110 ਨੰਬਰ ਦੇ ਕਲੰਦਰੇ ਕੱਟਦੇ ਨੇ, ਇਦੂ ਬਾਅਦ ਕੱਟਦੇ ਨਹੀਂ। ਬਾਈ ਅਸੀਂ ਕੀ ਕਸੂਰ ਕੀਤਾ? ਅੱਜ ਇਹਨੂੰ ਕਹਿੰਦਾ ਮੈਂ ਤੈਨੂੰ ਚੱਕ ਕੇ ਲੈ ਕੇ ਜਾਂਦਾ, ਕੀ ਚੱਕਣ ਨੂੰ ਇਹਨੇ ਕੀ ਮਾੜਾ ਕਰਤਾ? ਗੋਲੀ ਮਾਰੇ ਬਾਈ, ਮੈਂ ਹੁਣ ਕਿਹਾ ਮੈਂ ਗੋਲੀ ਮਾਰ। ਸਤਿ ਸ਼੍ਰੀ ਅਕਾਲ, ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ।